ਵਰਨ ਸਿੰਘ ਭੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਅਸੀਂ ਪਿੰਡ ਹਮਜਾ ਮਜੀਠਾ ਜੋਨ ਦਾ ਵੱਡਾ ਇਕੱਠ ਕੀਤਾ ਹੋਇਆ ਜਿਹੜਾ ਅਸੀਂ ਐਲਾਨ ਕੀਤਾ ਵਾ ਕਿ ਪੰਜਾਬ ਹਰਿਆਣੇ ਦੇ ਸਾਰੇ ਡੀਸੀ ਦਫ਼ਤਰਾਂ ਤੇ ਐਸਡੀਐਮ ਦਫ਼ਤਰਾਂ ਤੇ 12 ਤੋਂ 4 ਵਜੇ ਤੱਕ ਵੱਡੇ ਦਰਨੇ ਮਾਰਾਂਗੇ ਅੱਜ ਜਿਹਦੀਆਂ ਮੁੱਖ ਮੰਗਾਂ ਦੇ ਵਿੱਚ ਜਿਹੜਾ ਪਰਾਲੀ ਆਲਾ ਮੇਨ ਮੁੱਦਾ ਵਾ ਉਹਦੇ ਵਿੱਚ ਜਿਹੜੇ ਕਿਸਾਨਾਂ ਤੇ ਕੇਸ ਪਾਏ ਆ ਰੈੱਡ ਐਂਟਰੀਆਂ ਕੀਤੀਆਂ ਵਾ ਇਹਦੇ ਨਾਲ ਦੀ ਨਾਲ ਜੁਰਮਾਨੇ ਕੀਤੇ ਆ ਜਾਂ ਡੀਸੀ ਸਾਹਿਬਾਨ ਕਹਿ ਰਹੇ ਵੀ ਤੁਹਾਡਾ ਨਸਲਾ ਅਸਲੇ ਦਾ ਲਿਸੈਂਸ ਕਲੀਅਰ ਕਰਨਾ ਵਾ ਪਾਸਪੋਰਟ ਤੁਹਾਡਾ ਖਤਮ ਕਰ ਦੇਣਾ ਵਾ ਜਾਂ ਤੁਹਾਨੂੰ ਸਰਕਾਰੀ ਸਹੂਲਤਾਂ ਨਹੀਂ ਦੇਣੀਆਂ ਹੈਗੀਆਂ ਜਾਂ ਹੋਰ ਜਿਹੜੀ ਸਬਸਿਡੀ ਉਹ ਨਹੀਂ ਮਿਲਣੀ ਇਹ ਇਹ ਜਿਹੜੇ ਕੰਮ ਅਸੀਂ ਬੰਦ ਕਰਵਾਉਣੇ ਹੈਗੇ ਆ ਇਹਦੇ ਨਾਲ ਦੀ ਨਾਲ ਗੰਨੇ ਦੀਆਂ ਮਿਲਾਂ ਚਲਾਈਆਂ ਜਾਣ ਉਹਨਾਂ ਦਾ ਜਿਹੜਾ ਰੇਟ ਵਿੱਚ 120 ਰੁਪਏ ਵਾਦਾ ਕੀਤਾ ਜਾਵੇ ਇਹਦੇ ਨਾਲ ਦੀ ਨਾਲ ਭਾਰਤ ਮਾਲਾ ਯੋਜਨਾ ਤਹ ਜਿਹੜੀਆਂ ਸੜਕਾਂ ਕੱਡੀਆਂ ਜਾ ਰਹੀਆਂ ਇਹ ਬੇ ਲੋੜੀਆਂ ਲੱਗਦੀਆਂ ਸਾਨੂੰ ਕਿਉਂਕਿ ਪੰਜਾਬ ਦੇ ਸਾਰੇ ਕਸਬੇ ਪਿੰਡ ਤੇ ਸ਼ਹਿਰ ਇਹ ਜੁੜੇ ਹੋਏ ਆ ਸੜਕਾਂ ਦੇ ਨਾਲ ਔਰ ਜੇ ਲੋੜ ਪੈਂਦੀ ਆ ਕਿਸਾਨ ਸਹਿਮਤ ਹੁੰਦਾ ਵਾ ਤੇ ਉਹਨੂੰ ਮਾਰਕੀਟ ਰੇਟ ਦਾ 6 ਗੁਣਾ ਦਿੱਤਾ ਜਾਏ ਆਰਬਿਟ੍ਰੇਸ਼ਨ ਵਿੱਚ ਚੱਲ ਰਿਹਾ ਕੇ ਛੇਤੀ ਨਵੇੜੇ ਜਾਣ ਔਰ ਜੋਗ ਮਾਪਜਾ ਮਰੇ ਕਿਸਾਨਾਂ ਨੂੰ ਨਸ਼ਿਆਂ ਦੀ ਪੂਰਨ ਰੂਪ ਵਿੱਚ ਬੰਦੀ ਕੀਤੀ ਜਾਵੇ ਅਰ ਜੇ ਨਸ਼ੇ ਇਦਾਂ ਕੋਈ ਨੌਜਵਾਨ ਮਰਦਾ ਐਮਐਲਏ ਐਸਐਚਓ ਐਸਐਸਪੀ ਤੇ ਡੀਐਸਪੀ ਇਹਦੇ ਲਈ ਜ਼ਿੰਮੇਵਾਰ ਹੋਣ ਇਨ ਉਹਨਾਂ ਦੇ ਖਿਲਾਫ ਪਰਚਾ ਹੋਣਾ ਚਾਹੀਦਾ ਜਿਵੇਂ ਪਰਾਲੀ ਵਾਲੇ ਮੁੱਦੇ ਤੇ ਸਟੈਂਡ ਲਿਆ ਹੈਗਾ ਸੀਗਾ ਔਰ ਇਹ ਮੰਗਾ ਹੋਰ ਵੀ ਉਹਨਾਂ ਨੇ ਮੰਗਾ ਜੁੜੀਆਂ ਹੈਗੀਆਂ ਅਹਿਮ ਜਿਨ੍ਹਾਂ ਬਾਰੇ ਅਸੀਂ ਲੜ ਰਹੇ ਹਾਂ ਇਹ ਪ੍ਰੋਗਰਾਮ ਕੱਲ ਚੰਡੀਗੜ੍ਹ ਦੀ ਮੀਟਿੰਗ ਵਿੱਚ ਦੇਸ਼ ਦੀਆਂ ਉੱਤਰ ਭਾਰਤੀਆਂ 18 ਜਥੇਬੰਦੀਆਂ ਔਰ ਇਹਦੇ ਨਾਲ ਨਾਲ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਸਾਂਝੇ ਰੂਪ ਵਿੱਚ ਦਿੱਤਾ ਹੈਗਾ ਤਾਲਮੇਲ ਵਿੱਚ ਟੰਗਣਾ ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਵਿੱਚ ਵੱਡਾ ਏਕਾ ਕਿਸਾਨਾਂ ਦਾ ਹੋਊਗਾ ਔਰ ਅਸੀਂ ਦੇਸ਼ ਦੀਆਂ ਵੱਡੀਆਂ ਮੰਗਾਂ ਤੇ ਲਾਮਬੰਦੀ ਕਰਾਂਗੇ ਧੰਨਵਾਦ